ਸ਼੍ਰੀ ਸੁਖਮਨੀ ਸਾਹਿਬ ਜੀ ਦੀ ਮਹਿਮਾ ਸ਼੍ਰੀ ਕਲਗੀਧਰ ਮਹਾਰਾਜ ਨੇ ਬਿਆਨ ਕੀਤੀ ਹੈ। ਪਹਿਲੀ ਅਸ਼ਟਪਦੀ ਦੀ ਜੋ ਮਹਾਤਮ ਦੱਸਿਆ ਸ਼੍ਰੀ ਕਲਗੀਧਰ ਮਹਾਰਾਜ ਨੇ, ਇਹ ਸਾਰਿਆਂ ਸੁੱਖਾਂ ਦੀ ਪ੍ਰਾਪਤੀ ਵਾਸਤੇ ਹੈ, ਚਾਹੇ ਲੋਕ ਦੇ ਸੁੱਖ ਹੋਣ ਚਾਹੇ ਪਰਲੋਕ ਦੇ ਸੁੱਖ ਹੋਣ। ਜਿਸ ਕਿਸੇ ਨੂੰ ਵੀ ਜੋ ਕੁਝ ਵੀ ਚਾਹੀਦਾ, ਚਾਹੇ ਮਨ ਦੇ ਸੁੱਖ ਨੇ, ਚਾਹੇ ਤਨ ਦੇ ਸੁੱਖ ਨੇ, ਚਾਹੇ ਬਹਿਰੂਨੀ ਨੇ, ਚਾਹੇ ਅੰਤਰਮੁਖੀ ਨੇ, ਸਾਰੇ ਸੁੱਖਾਂ ਵਾਸਤੇ ਸੁੱਖਾਂ ਦੀ ਮਣੀ ਸੁਖਮਣੀ ਸਾਹਿਬ ਦੀ ਪਹਿਲੀ ਅਸ਼ਟਪਦੀ ਦਾ ਮਹਾਤਮ ਦੱਸਿਆ, ਇਹ ਸਾਰੇ ਸੁੱਖ ਤੁਹਾਨੂੰ ਪ੍ਰਾਪਤ ਕਰਾ ਦੇਗੀ। ਇਸ ਦੀ ਵਿਧੀ ਅਨੁਸਾਰ ਜੇਕਰ ਜਾਪ ਕੀਤਾ ਜਾਏ ਸਵੇਰੇ ਅੰਮ੍ਰਿਤ ਵੇਲੇ 2 ਤੋਂ 4 ਵਜੇ ਦੇ ਵਿਚਕਾਰ, ਤਕਰੀਬਨ ਇਸ ਦਾ 1047 ਵਾਰ ਇਸ ਦਾ ਜਾਪ ਕੀਤਾ ਜਾਏ, ਚਾਹੇ ਤੁਸੀਂ ਇਹ 10 ਦਿਨਾਂ 'ਚ ਕਰ ਲਓ, ਚਾਹੇ 5 'ਚ ਕਰ ਲਓ, ਚਾਹੇ 20 ਦਿਨਾਂ 'ਚ ਕਰ ਲਓ, ਪਰ ਇਸ ਦਾ ਜਾਪ 1047 ਹੀ ਕਰਨਾ, ਇਹ ਇਸ ਦੀ ਵਿਧੀ ਹੈ। ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਇੱਥੋਂ ਤੱਕ ਸਲੋਕ ਤੋਂ ਲੈ ਕੇ ਅਸ਼ਟਪਦੀ ਜਿੱਥੇ ਪਹਿਲੀ ਖਤਮ ਹੁੰਦੀ ਹੈ, ਇਸ ਦਾ ਜਾਪ ਮੈਂ ਵਾਰ ਵਾਰ ਦੱਸਦਿਆਂ 1047 ਵਾਰ ਜਾਪ ਕਰੇ, ਤਾਂ ਕਿ ਇਹ ਪਹਿਲੀ ਅਸ਼ਟਪਦੀ ਸ਼੍ਰੀ ਸੁਖਮਨੀ ਸਾਹਿਬ ਦੀ ਸਿੱਧ ਹੋ ਜਾਏ। ਜਦ ਸਿੱਧ ਹੋ ਗਈ ਤਾਂ ਫਿਰ ਜੋ ਮਰਜ਼ੀ ਮੰਗ ਲਿਓ, ਸਾਰੇ ਸੁੱਖ ਮਿਲ ਜਾਣਗੇ, ਲੋਕ ਦੇ ਵੀ ਅਤੇ ਪਰਲੋਕ ਦੇ ਵੀ। ਇਹ ਪਹਿਲੀ ਅਸ਼ਟਪਦੀ ਸ਼੍ਰੀ ਸੁਖਮਨੀ ਸਾਹਿਬ ਦਾ ਮਹਾਤਮ ਸ਼੍ਰੀ ਕਲਗੀਧਰ ਮਹਾਰਾਜ ਨੇ ਬਿਆਨ ਕੀਤਾ ਅਤੇ ਲਿਖਿਆ ਸ਼੍ਰੀ ਗੁਰਪ੍ਰਤਾਪ ਸੂਰਜ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਇਸ ਦੀ ਮਹਿਮਾ ਬਿਆਨ ਕੀਤੀ ਹੈ। ਇਹ ਪਹਿਲੀ ਅਸ਼ਟਪਦੀ ਸ਼੍ਰੀ ਸੁਖਮਨੀ ਸਾਹਿਬ ਦੀ, ਜੇਕਰ ਇਸ ਦਾ ਮਨ ਲਾ ਕੇ ਜਾਪ ਕੀਤਾ ਜਾਏ ਜਿਸ ਤਰ੍ਹਾਂ ਅਸੀਂ ਦੱਸਿਆ, ਬਿਲਕੁਲ ਇਸੇ ਤਰ੍ਹਾਂ ਹੀ ਬਖੂਬੀ ਤੌਰ ਦੇ ਨਾਲ ਹੀ ਸਵੇਰੇ 2 ਤੋਂ 4 ਦਾ ਟਾਈਮ ਹੈ, ਅੰਮ੍ਰਿਤ ਵੇਲਾ ਬ੍ਰਹਮ ਮੂਰਤ ਜਿਸ ਨੂੰ ਆਖਿਆ, ਅਤੇ ਸ਼੍ਰੀ ਸੁਖਮਨੀ ਸਾਹਿਬ ਨੂੰ ਬ੍ਰਹਮ ਮੂਰਤ ਦੇ ਵਿੱਚ ਜਪਣਾ ਮਾਨੋ ਉਸ ਪਰਮਾਤਮਾ ਨੂੰ ਆਪਣੇ ਕੋਲ ਹਾਜ਼ਰ ਨਾਜ਼ਰ ਕਰ ਦੇਣਾ। ਇਹ ਪਹਿਲੀ ਅਸ਼ਟਪਦੀ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਕਰ ਦੇਏਗੀ ਸਾਰੇ ਸੁੱਖਾਂ ਦੀ ਪ੍ਰਾਪਤੀ ਵਾਸਤੇ। ਮੈਂ ਵਾਰ ਵਾਰ ਦੱਸਦਿਆਂ ਪਹਿਲੀ ਅਸ਼ਟਪਦੀ ਅਤੇ ਵਿਧੀ ਇਸ ਦੀ ਸੁਬਹਾ 2 ਤੋਂ 4, 1047 ਵਾਰ ਇਸ ਅਸ਼ਟਪਦੀ ਦਾ ਜਾਪ ਰੱਖਣਾ ਹੈ। ਚਾਹੇ ਤੁਸੀਂ 108 ਮਣਕਿਆਂ ਵਾਲੀ ਮਾਲਾ ਲੈ ਲਓ, ਚਾਹੇ ਰੋਜ਼ ਦਾ 10 ਕਰ ਲਓ, ਚਾਹੇ ਰੋਜ਼ ਦੇ 15 ਮਾਲਾ ਕਰ ਲਓ, ਪਰ ਇਸ ਦਾ ਜਾਪ ਇਸੇ ਤਰ੍ਹਾਂ ਹੀ ਰੱਖੋ ਤਾਂ ਕਿ ਇਹ ਅਸ਼ਟਪਦੀ ਸਿੱਧ ਹੋ ਜਾਏ। ਜਦੋਂ ਸਿੱਧ ਹੋ ਗਈ 1047 ਵਾਰ ਜਪਦਿਆਂ ਅਤੇ ਫਿਰ ਇਸ ਅਸ਼ਟਪਦੀ ਨੂੰ ਮਨ ਦੇ ਵਿੱਚ ਰੱਖ ਕੇ ਜਿਹੜੀ ਵੀ ਇੱਛਾ ਰੱਖੋਗੇ ਉਹ ਤੁਹਾਡੀ ਪੂਰੀ ਹੋ ਜਾਏਗੀ। ਪਰ ਸਭ ਤੋਂ ਪਹਿਲਾਂ ਇਸ ਅਸ਼ਟਪਦੀ ਨੂੰ ਸਿੱਧ ਕਰ ਲਓ ਤਾਂ ਕਿ ਜਦ ਵੀ ਤੁਸੀਂ ਮਨ ਦੇ ਵਿੱਚ ਇੱਛਾ ਕੋਈ ਰੱਖੋ ਅਤੇ ਉਹ ਇੱਛਾ ਇਹ ਅਸ਼ਟਪਦੀ ਪੂਰਨ ਕਰ ਦੇ, ਸੰਪੂਰਨ ਹੋ ਜਾਏ। ਇਹ ਸੁਖਮਣੀ ਸਾਹਿਬ ਦੀ ਪਹਿਲੀ ਅਸ਼ਟਪਦੀ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਇੱਥੋਂ ਤੱਕ ਜਿੱਥੇ ਪਹਿਲੀ ਅਸ਼ਟਪਦੀ ਸ਼ੁਰੂ ਹੁੰਦੀ ਹੈ ਸਲੋਕ ਤੋਂ ਲੈ ਕੇ। ਮੈਂ ਵਾਰ ਵਾਰ ਇਹੀ ਅਰਜ਼ ਕਰ ਰਿਹਾ, ਕੁਛ ਮੰਗਣ ਤੋਂ ਪਹਿਲਾਂ ਅਸ਼ਟਪਦੀ ਦਾ ਜਾਪ ਕੀਤਾ ਜਾਏ ਤਾਂ ਕਿ ਅਸ਼ਟਪਦੀ ਸਿੱਧ ਹੋ ਜਾਏ। ਜਦੋਂ ਸਿੱਧ ਹੋ ਗਈ ਫਿਰ ਜੋ ਮਰਜ਼ੀ ਮੰਗ ਲਿਓ, ਚਾਹੇ ਲੋਕ ਦੇ ਸੁੱਖ ਲੈ ਲਿਓ, ਪਰਲੋਕ ਦੇ ਲੈ ਲਿਓ, ਤਨ ਦੇ ਸੁੱਖ ਲੈ ਲਿਓ, ਮਨ ਦੇ ਸੁੱਖ ਲੈ ਲਿਓ, ਲੋਕ ਵੀ ਸਵਰੇਗਾ ਅਤੇ ਪਰਲੋਕ ਵੀ ਸਵਰੇਗਾ, ਰਾਜ ਯੋਗੀ ਬਣਾ ਦੇਵੇਗੀ ਅਸ਼ਟਪਦੀ ਤੁਹਾਨੂੰ ਪਹਿਲੀ। ਇਹ ਵੀ ਮਾਰਜ਼ ਕਰਦੇ ਹਾਂ ਤੁਹਾਨੂੰ, ਇਹ ਕਿਤੇ ਤੁਹਾਨੂੰ ਭਟਕਣ ਨਹੀਂ ਦੇਵੇਗੀ। ਜਿਹੜੇ ਸੁੱਖਾਂ ਦੀ ਪ੍ਰਾਪਤੀ ਵਾਸਤੇ ਤੁਸੀਂ ਦਰ ਦਰ ਭਟਕਦੇ ਹੋ, ਤੁਹਾਨੂੰ ਭਟਕਣ ਦੀ ਲੋੜ ਨਹੀਂ ਹੈ, ਜ਼ਰੂਰਤ ਨਹੀਂ ਹੈ, ਇਹ ਤੁਹਾਨੂੰ ਭਟਕਣ ਨਹੀਂ ਦੇਵੇਗੀ। ਕਲਗੀਧਰ ਮਹਾਰਾਜ ਨੇ ਬੜੀ ਰਹਿਮਤ ਕੀਤੀ ਹੈ। ਇਹ ਸ਼੍ਰੀ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਦਾ ਮਹਾਤਮ।
ਕਵੀ ਰਾਜ ਕਵੀ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਤ ਗ੍ਰੰਥ ਦੇ ਵਿੱਚ ਅੰਕਿਤ ਕਰ ਦਿੱਤਾ, ਸਾਰੇ ਸੁੱਖਾਂ ਦਾ ਖਜ਼ਾਨਾ ਇਹ ਪਹਿਲੀ ਅਸ਼ਟਪਦੀ ਹੈ ਅਤੇ ਇਸ ਨੂੰ ਪੜ੍ਹ ਕੇ ਆਪਣਾ ਜੀਵਨ ਸਫਲ ਕਰੋ, ਲੋਕ ਦਾ ਵੀ ਅਤੇ ਪ੍ਰਲੋਕ ਦਾ ਵੀ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਮੁਆਫ਼ੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।